हाँ जी आप पहुंचे महिंदर सिंह जी वर्कर्स इतने हर तरह के समान मिलते हैं जी। ਹਾਂਜੀ ਬਾਈ ਜੀ ਅੱਜ ਤੁਹਾਨੂੰ ਤਲਮੰਡੀ ਭਾਈ ਸ਼ਹਿਰ ਫਿਰੋਜ਼ਪੁਰ ਦਾ ਅਤੇ ਉੱਥੇ ਲੈ ਕੇ ਆਏ ਲੋਹੇ ਵਾਲੀ ਮੰਡੀ 'ਚ ਜਿੱਥੇ ਦੇ ਬਾਈ ਆਪਣਾ ਮਤਲਬ ਯਾਰ ਦੋਸਤ ਹੀ ਹੈ ਇੱਕ ਇਹਨਾਂ ਤੋਂ ਲੋਹੇ ਦਾ ਸਮਾਨ ਵੀ ਲੈ ਕੇ ਜਾਂਦੇ ਹੁੰਦੇ ਆ ਮਤਲਬ ਦੁਕਾਨ ਲਈ ਕਿਰਾਏ 'ਤੇ ਦੇਣ ਨੂੰ ਮਤਲਬ ਸੇਲ ਕਰਦੇ ਆ। ਦੱਸੋਗੇ ਇਹਨਾਂ ਕੋਲ ਕਿਹੜੀ ਕਿਹੜੀ ਚੀਜ਼ ਆ ਅਤੇ ਮਤਲਬ ਕਿੱਥੇ ਤੱਕ ਜਾਂਦੀਆਂ ਅਤੇ ਹੋਲਸੇਲ ਦਾ ਕੰਮ ਕਰਦੇ ਕਿ ਰਿਟੇਲ ਦਾ ਕਰਦੇ ਆ? ਹਾਂਜੀ ਬਾਈ ਜੀ ਕਿਹੜੀ ਕਿਹੜੀ ਚੀਜ਼ਾਂ ਲੋੜ ਤੁਹਾਨੂੰ? ਸਾਡੇ ਕੋਲ ਮੋਟਰਸਾਈਕਲ ਵਾਲੀਆਂ ਟਰਾਲੀਆਂ, ਹਾਂਜੀ ਕਈਆਂ ਟੰਗਲੀਆਂ, बाकी जैक वालिया प्लस इन्हों को इटा वाली रेहड़ियाँ है जिसके आप एक रेहड़ी होंगी है मिट्टी भी ढो सकते हैं बजरी ढोते तो रेता ढोते तो होंगे उन्होंने का की रेट है? मैक्सिमम 2500 तो शुरू हो जाते हैं। बहुत तरह 100 तरह एग्रीकल्चर के पनीर बनाने जिन्होंने अपने को छोटे सन भी है सारे हाथ ना वर्तन ਬਾਕੀ ਆਪਣੇ ਇਹ ਤੇ ਸਾਰਿਆਂ ਤੋਂ ਜ਼ਿਆਦਾ ਕਿਹੜੀ ਚੀਜ਼ ਜਾਂਦੀ ਹੈ ਤੁਹਾਡੀ ਸ਼ਾਪ 'ਚ? ਕਈਆਂ ਜਿਵੇਂ ਹੋਰ ਕਿਹੜੀ ਕਿਹੜੀ ਆਈਟਮ? ਕਈਆਂ ਤੰਗਲੀਆਂ, ਫੋੜੇ ਜਾਂ ਆਪਣੀਆਂ ਕਹਿ ਲਓ ਥੋੜੇ ਝੂੜੇ ਹਨ ਅਤੇ ਯਾਨੀ ਐਗਰੀਕਲਚਰ ਦੀਆਂ ਸਾਰੀਆਂ ਚੀਜ਼ਾਂ ਹੈਗੀਆਂ ਸਾਡੇ ਕੋਲ ਛੋਟੀਆਂ ਅਤੇ ਜਿਹਦੇ ਵਿੱਚ ਆਪਣੇ ਕੋਲ ਵੱਡੀਆਂ ਦੇ ਵਿੱਚ ਟਰਾਲੀਆਂ ਬਣਾਉਂਦੇ ਹਾਂ ਅਸੀਂ ਮੋਟਰਸਾਈਕਲ ਵਾਲੀਆਂ ਜਾਂ ਹੌਕ ਵਾਲੀਆਂ ਟਰਾਲੀਆਂ ਬਣਾਉਂਦੇ ਹਾਂ ਫਿਰ ਅਸੀਂ ਰਿਪੇਅਰ ਦਾ ਕੰਮ ਵੀ ਸਾਡਾ ਨਾਲ ਆ। ਬਾਕੀ ਆਪਣੀ ਸ਼ੋਪ ਦਾ ਇੱਕ ਵਾਰੀ ਐਡਰੈਸ ਦੱਸ ਦਿਓ ਸਾਰਿਆਂ ਨੂੰ ਕਿੱਥੇ ਕਰਕੇ ਤੁਹਾਡੀ ਸ਼ੋਪ? ਮਹਿੰਦਰ ਜੀ ਵਰਕਸ ਰੇਲਵੇ ਰੋਡ ਤਲਵੰਡੀ ਭਾਈ। ਤੇ ਮੋਬਾਈਲ ਨੰਬਰ ਤੁਹਾਡਾ ਦੱਸ ਦਿਓ? ਮੋਬਾਈਲ ਨੰਬਰ 7378 ਬਾਕੀ ਕਿਸੇ ਵੀ ਦੀ ਕੋਈ ਵੀ ਡਿਮਾਂਡ ਹੋਵੇ ਇਹਨਾਂ ਨੂੰ ਵਟਸਐਪ ਕਰ ਸਕਦੇ ਆ ਕਿਉਂਕਿ ਕਾਲ ਜ਼ਿਆਦਾ ਚੱਕ ਨਹੀਂ ਹੁੰਦੀ ਕਿਉਂਕਿ ਕੰਮ ਇੱਥੇ ਬੜਾ ਹੁੰਦਾ ਮਤਲਬ ਜਿੰਨੀ ਡਿਮਾਂਡ ਦੇ ਹਿਸਾਬ ਨਾਲ ਤੁਸੀਂ ਵਟਸਐਪ ਇਹਨਾਂ ਨੂੰ ਕਰਕੇ ਛੱਡ ਦਿਓ ਆਪੇ ਕਾਲ ਆ ਕੇ ਬਾਕੀ ਜਿਹਨੇ ਜ਼ਿਆਦਾ ਡਿਮਾਂਡ ਵੀ ਹੋਈ ਇਹਨਾਂ ਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਆ।
ਹਾਂਜੀ ਭਾਈ ਜੀ, ਅਸੀਂ ਵੀ ਸ਼ਾਪਿੰਗ ਕਰ ਲਈ ਥੋੜੀ, ਸਾਨੂੰ ਵੀ ਰੇਹੜੀ ਪਸੰਦ ਆ ਗਈ, ਅਸੀਂ ਵੀ ਲੈ ਚੱਲੇ ਹਾਂ ਖਰੀਦ ਕੇ। ਵਾਹ, ਰੇਹੜੀ ਤਾਂ ਪਤਾ ਅਗਰਮੇਤੀ ਰੋਡ ਵੱਲ ਕਰਕੇ ਇਹਨਾਂ ਦੀ ਸ਼ੋਪ ਆ, ਫਾਟਕ ਨੰਘ ਕੇ ਅਗਰਮੇਤੀ ਰੋਡ ਆ, ਤਲਮੰਡੀ ਵਾਲੇ ਫਾਟਕ ਵੱਲ ਤੇ ਆ।